ले लिए भाई। ओ मैं तुम तुझे करने भी लग गया कैसे हैं जी आप? ठीक हो जी? मैं ठीक हूं। हां चलो करो तुम दोनों लगा दी दोनों लगा सी आ साथे में लगा और उधर इस ना कोई लगा जाओ जी नोट ਤੇਗ ਬਹਾਦਰ ਸਿਮਰਿਆ ਕਰਨੋ ਤਹਾਵਾ ਸਾਹਿਬ ਸਹਿਬ ਸਿੰਘ ਗੋਬਿੰਦ ਸਿੰਘ ਜੀ ਸਭ ਹੋਏ ਸਤਾਏ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਧਰਮ ਦਾ ਮਾਰਗ ਦੀਆ ਬਤਾਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਜੰਮ ਤੋਂ ਲਿਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਟੁੱਟੀ ਲਈ ਮਲਾਏ ਅਡਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਕਾਲਜਨ ਵਿੱਚ ਸੋਨਾ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਬੇਅੰਤ ਪਾਤਸ਼ਾਹ ਗਰੀਬ ਨਿਵਾਸ ਸ੍ਰੀ ਸਤਿਗੁਰੂ ਜਗਦੀਸ਼ ਸਿੰਘ ਜੀ ਸਿਮਰਿਆ ਜਨਮ ਮਰਨ ਤੋਂ ਬਚਾਏ ਸ੍ਰੀ ਸਤਿਗੁਰੂ ਜੀ ਸਭ ਖੰਡ ਤੋਂ ਭਜਨ ਸਿਖਾਏ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਮੰਝ ਪਿਆਰੇ 40 ਮੁਖ ਦੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਕਰਕੇ ਆਪ ਜੀ ਦਾ ਪਵਿੱਤਰ ਨਾਮ ਚੇਤਾ ਆਵੇ ਅਸੀਂ ਸਦਾ ਭੁੱਲਣਹਾਰ ਜੀਵ ਹਾਂ ਆਪ ਸਦਾ ਬਖਸ਼ਣ ਪਿਤਾ ਹੋ ਕਰੋ ਕਰੋ ਸਿੱਖ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਧਰਤੀ ਤੇ ਧਰਮ ਵਰਤਾਓ ਮਹਾਂਪੁਰੇਸ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਦੇ ਗਰੀਬ ਦਾ ਕਸ਼ਟ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕੋਈ ਦੁਖੀਆ ਰਹੇ ਨਾ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਪ੍ਰਾਰਥਨਾ ਸਾਡਾ ਧਰਮ ਬਣਿਆ ਰਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਆਪ ਜੀ ਦਾ ਹੋਰ ਆਸਰਾ ਲੈ ਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਪ੍ਰੇਮਿਕਤਾ ਨਵ ਨਵੀਂ ਦਾ ਉਦਘਾਟਨ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਅੰਗ ਸੰਗ ਸਹਾਈ ਹੋ ਜੀ ਪਹਿਰੇ ਬਖਸ਼ੋ ਚੜ੍ਹਦੀ ਕਲਾ ਵਿੱਚ ਰੱਖੋ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਰਾਈ ਗੁਰੂ ਦਾ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸੀਸ ਪ੍ਰਸਾਦ ਆਪ ਜੀ ਦੀ ਸੰਗਤ ਭੰਗੜੇ ਛੱਕ ਕੇ ਆਪ ਜੀ ਦਾ ਨਾਮ ਜਪੇ ਭੰਡਾਰੇ ਸਦਾ ਤੁੱਟ ਵਰਤਨ ਨਾਮ ਵਿਸਰੋ ਨਾਮ ਵਿਸਾਰੋ ਰੱਖ ਲਓ ਬਖਸ਼ ਲਓ ਦੇਹੋ ਜੀ ਦਾ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਸ੍ਰੀ ਭਾਣੇ ਸਰਬੱਤ ਦਾ ਭੜਾ ਜੋ ਬੋਲੇ ਸੋ ਨਿਹਾਲ ਮੈਂ SPS ਹਸਪਤਾਲ ਦਾ COO ਹੈਗਾ ਚੀਫ ਆਪਰੇਟਿਵ ਆਫਸਰ SPS ਤੇ ਜਿਹੜਾ SPS ਹਸਪਤਾਲ ਮਲੇਰਕੋਟਲਾ ਜੀ ਤੁਹਾਡਾ ਇਹਦੀ ਕੀ ਫੈਸਿਲਿਟੀ ਹੈ ਸੋ SPS ਹਸਪਤਾਲ ਮਲੇਰਕੋਟਲਾ ਵਿੱਚ ਅਸੀਂ ਸ਼ੁਰੂਆਤੀ ਤੌਰ ਤੇ OPDs ਲੈਬ ਫੈਸਿਲਿਟੀ ਤੇ ਫਾਰਮੇਸੀ ਸਟਾਰਟ ਕਰ ਰਹੇ ਹਾਂ ਉਹਦੇ ਨਾਲ ਅਸੀਂ ਗੈਸਟਰੋ ਦਾ ਖਾਸ ਤੌਰ ਤੇ ਐਂਡੋਸਕੋਪੀ ਸੂਈਟ ਵੀ ਸਟਾਰਟ ਕੀਤੀ ਹੋਈ ਜਿਹੜੇ ਮਾਈਨਰ ਪ੍ਰੋਸੀਜਰਸ ਹੋਣਗੇ ਛੋਟੇ ਮੋਟੇ ਪ੍ਰੋਸੀਜਰਸ ਹੋਣਗੇ ਜਾਂ ਜਿਹੜੀ ਆਮ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਇਲਾਜ ਸਾਡਾ ਇੱਥੇ ਹੀ ਚੱਲੇਗਾ ਇਸ ਤੋਂ ਇਲਾਵਾ ਜੋ ਵੀ ਸਪੋਰਟ ਸਾਨੂੰ ਚਾਹੀਦੀ ਹੋਏਗੀ ਮੇਨ ਹਸਪਤਾਲ ਤੋਂ SPS ਲੁਧਿਆਣੇ ਤੋਂ ਉਹ ਵੀ ਇੱਥੇ ਉਪਲਬਧ ਕਰਾਈ ਜਾਏਗੀ ਸੋ ਇੱਕ ਤਾਂ 24 ਆਵਰਸ ਸਾਡਾ ਮਤਲਬ ਰੋਜ਼ ਦੇ ਸਾਡੇ
ਜਿਹੜੇ ਮੈਡੀਕਲ ਅਫਸਰ ਹੈਗੇ ਨੇ ਉਹ ਅਵੇਲੇਬਲ ਹੋਣਗੇ। ਉਸ ਤੋਂ ਇਲਾਵਾ ਜਿਹੜੇ ਸਪੈਸ਼ਲਿਸਟ ਮੈਡੀਕਲ ਅਫਸਰ ਹੈਗੇ ਨੇ ਉਹ ਇੱਕ ਵੀਕਲੀ ਸ਼ੈਡਿਊਲ ਦੇ ਹਿਸਾਬ ਨਾਲ ਇੱਥੇ ਆਉਣਗੇ ਅਤੇ ਇੱਕ ਮਰੀਜ਼ ਆਪਣੇ ਸਪੈਸ਼ਲਿਟੀ ਦੇ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹਰ ਹਫ਼ਤੇ ਉਹ ਆ ਕੇ ਦੇਖਣਗੇ। ਸੋ ਉਹਦਾ ਸ਼ੈਡਿਊਲ ਅਸੀਂ ਬਣਾ ਦਿੱਤਾ ਹੈਗਾ। ਮੋਸਟਲੀ ਇਹ ਸਾਰੇ ਮਾਹਿਰ ਡਾਕਟਰ ਹੈਗੇ ਨੇ ਜਿਹੜੇ ਲੁਧਿਆਣੇ 'ਚ ਕਾਫੀ ਚਿਰ ਤੋਂ ਪ੍ਰੈਕਟਿਸ ਕਰ ਰਹੇ ਨੇ, ਉਹਨਾਂ ਦਾ ਨਾਮ ਵੀ ਹੈਗਾ ਅਤੇ ਵੈਸੇ ਵੀ ਜਾਣੇ ਪਛਾਣੇ ਡਾਕਟਰ ਹੈਗੇ ਨੇ। ਬਹੁਤ ਵਧੀਆ ਵਧੀਆ ਇੰਸਟੀਟਿਊਟ ਜਿੱਦਾਂ ਏਮਸ PGI ਤੋਂ ਪੜ੍ਹੇ ਹੋਏ ਨੇ, DMC ਤੋਂ ਪੜ੍ਹੇ ਹੋਏ ਨੇ। ਸੋ ਉਹਨਾਂ ਨੇ ਇੱਥੇ ਆਉਣਾ, ਉਹਨਾਂ ਰੈਗੂਲਰ ਰੂਟੀਨ ਬੇਸਿਸ ਸਟਾਰਟ ਕਰ ਦੇਣਾ ਹੈਗਾ ਅਤੇ ਉਸ ਸਰਵਿਸ ਅਸੀਂ ਮਲੇਰਕੋਟਲਾ ਵਿੱਚ। ਸਰ ਪਹਿਲਾਂ ਤੁਹਾਡੀ ਇੱਕ ਬੀਮਾ ਸਕੀਮ ਚੱਲਦੀ ਸੀ, ਕੀ ਉਹ ਚਾਲੂ ਹੈ ਹੁਣ? ਕਿਹੜੀ ਬੀਮਾ ਸਕੀਮ ਹੈ? ਬੀਮਾ ਸਕੀਮ 3000 ਰੁਪਇਆ ਦੇ ਬੀਮਾ ਸੀਗਾ ਫੈਮਿਲੀ ਦਾ, ਤੇ ਉਹ ਸਕੀਮ ਚੱਲ ਰਿਹਾ, ਉਹਦਾ 1.5 ਲੱਖ ਤੱਕ ਦਾ ਇਲਾਜ ਫ੍ਰੀ ਸੀਗਾ। ਨਹੀਂ ਇਹੋ ਜਿਹੀ ਕੋਈ ਸਕੀਮ ਇਸ ਸਮੇਂ ਨਹੀਂ ਹੈ, ਇਸ ਟਾਈਮ ਨਹੀਂ। ਜਿਹੜੇ ਕਿੰਨੇ ਹੋਰ ਨਿੱਜੀ ਹਸਪਤਾਲ ਹੈ ਜੀ, ਉਹਨਾਂ ਨਾਲ ਕੀ ਫਰਕ ਹੋਊਗਾ ਇਸ ਕੇਸ? ਹਾਂਜੀ, ਕੀ ਫਰਕ ਹੋਊਗਾ ਦੂਜੇ ਹਸਪਤਾਲ? ਇਹਦਾ ਬੇਸਿਕਲੀ ਐਡਵਾਂਟੇਜ ਇਹ ਹੈ ਕਿ SPS ਹਸਪਤਾਲ ਇੱਕ ਮਲਟੀ ਸਪੈਸ਼ਲਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਹੈ ਜੀ। ਸੋ ਸਾਡੇ ਕੋਲ ਤਕਰੀਬਨ ਸਾਰੀ ਸੁਪਰ ਸਪੈਸ਼ਲਿਟੀਜ਼ ਅਵੇਲੇਬਲ ਹੈਗੀਆਂ ਨੇ। ਰੱਬ ਨਾ ਕਰੇ ਕਿਸੇ ਨੂੰ ਲੋੜ ਪੈਂਦੀ ਹੈਗੀ ਹਾਈ ਲੈਵਲ ICU ਫੈਸਿਲਿਟੀ ਦੀ ਜਾਂ ਕੋਈ ਇਹੋ ਜਿਹੀ ਫੈਸਿਲਿਟੀ ਦੀ ਜਿਹੜੀ ਆਮ ਤੌਰ 'ਤੇ ਹਰ ਜਗ੍ਹਾ ਉਹ ਵੀ ਸਾਡੇ ਕੋਲ ਵੀ ਜਾਵੇ, ਸਭ ਕੁਝ ਅਵੇਲੇਬਲ ਹੈਗਾ ਕਿ ਅਸੀਂ ਪੇਸ਼ੈਂਟ ਨੂੰ ਟਰਾਂਸਪੋਰਟ ਕਰਕੇ ਅਤੇ ਫਟਾਫਟ ਉਹ ਐਕਚੁਅਲੀ ਉਹ ਵੀ ਜਿਹੜੀ ਉਹਦੀ ਰਿਕੁਆਇਰਮੈਂਟ ਹੈਗੀ ਮੈਡੀਕਲੀ ਉਹਨੂੰ ਅਸੀਂ ਪ੍ਰੋਵਾਈਡ ਕਰ ਸਕਦੇ। ਫਿਲਹਾਲ ਇੱਥੇ ਟੈਸਟ ਅਤੇ ਟੈਸਟ ਅਸੀਂ ਇੱਥੇ ਸਟਾਰਟ ਕਰ ਰਹੇ ਹਾਂ ਜੀ। ਟੈਸਟ ਅੱਜ ਤੋਂ ਹੀ ਸਟਾਰਟ ਹੋ ਜਾਣੇ ਹੈਗੇ ਅਤੇ ਓਪਰੇਟਿਵ ਪ੍ਰੋਸੀਜਰ ਵੀ ਜਿਹੜੇ ਮਾਈਨਰ ਪ੍ਰੋਸੀਜਰਸ ਹੈਗੇ ਨੇ ਉਹ ਅਸੀਂ ਸ਼ੁਰੂਆਤੀ ਤੌਰ 'ਤੇ ਇੱਥੇ ਸਟਾਰਟ ਕਰ ਦੇਣੇ ਹੈਗੇ ਹਾਂ। ਐਜ਼ ਟਾਈਮ ਲੱਗਦਾ ਹੈਗਾ ਐਕਸਪੈਂਸ਼ਨ ਹੁੰਦੀ ਹੈਗੀ ਹੈ, ਫਿਰ ਅਸੀਂ ਬਾਕੀ ਹਾਇਰ ਲੈਵਲ ਆਫ ਟੈਸਟ ਐਜ਼ ਵੈਲ ਐਜ਼ ਹਾਇਰ ਲੈਵਲ ਆਫ ਪ੍ਰੋਸੀਜਰ। OPD ਪਰਚੀ ਕੀ ਰੱਖੀ ਹੈ ਜੀ? ਹਾਂਜੀ, OPD ਪਰਚੀ ਕੀ ਹੈ? OPD ਪਰਚੀ ਡਾਕਟਰ 'ਤੇ ਡਿਪੈਂਡੈਂਟ ਹੈਗਾ ਜੀ, ਡਾਕਟਰ 'ਤੇ ਅਲੱਗ ਅਲੱਗ ਹੈਗਾ। ਸੋ ਜਿਹੜੇ ਮਲਟੀ ਸਪੈਸ਼ਲਿਟੀ ਵਾਲੇ ਡਾਕਟਰ ਨੇ ਉਹਨਾਂ ਦੀ ਥੋੜ੍ਹੀ ਲੋੜ ਹੋਏਗੀ, ਜਿਹੜੇ ਸੁਪਰ ਸਪੈਸ਼ਲਿਟੀ ਡਾਕਟਰ ਨੇ ਉਹਨਾਂ ਦੀ 300 ਰੁਪਏ ਪਰਚੀ ਕੀਤੀ ਹੈ। ਜਨਰਲ ਦੀ? ਜਨਰਲ ਦੀ ਤਕਰੀਬਨ ਆਈ ਥਿੰਕ 200 ਰੁਪਏ। ਗਰੀਬ ਮਰੀਜ਼ਾਂ ਨਾਲ ਕੀ ਛੋਟ ਹੈ ਤੁਹਾਡੇ? ਬਟ ਅਗਰ ਕਿਸੇ ਨੂੰ ਦਾਖਲ ਹੋਣਾ ਪੈਂਦਾ ਹੈਗਾ ਹਸਪਤਾਲ ਵਿੱਚ, ਜ਼ਿਆਦਾ ਖਰਚਾ ਆਉਂਦਾ ਹੈਗਾ, ਉਹਦੇ ਵਾਸਤੇ ਅਸੀਂ ਚੈਰਿਟੀ ਵਾਸਤੇ ਹਮੇਸ਼ਾ SPS ਹਸਪਤਾਲ ਵੱਲ ਕਰਦੇ ਰਹਿੰਦੇ ਹਾਂ। SPS ਹੋਸਪਿਟਲ ਲੁਧਿਆਣੇ ਤੋਂ ਹਾਂਜੀ, ਅਸੀਂ ਇੱਥੇ ਅੱਜ ਮੈਡ ਸੈਂਟਰ ਆਪਣਾ ਲਾਂਚ ਕੀਤਾ ਤਾਂ ਕਿ ਮਲੇਰਕੋਟਲੇ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਦੀ ਜਿਹੜੀ ਸਰਵਿਸ ਹੈ ਉਹ ਮਿਲ ਸਕਣ। ਪਰ ਇਹਦੇ 'ਚ ਕਿਹੜੀ ਕਿਹੜੀ ਫੈਸਿਲਿਟੀ ਤੁਸੀਂ? ਸਰ ਇਹਦੇ 'ਚ ਸਾਰੇ ਹੀ OPD ਸੈਂਟਰ ਬਣਾਇਆ, ਸਾਰੇ ਹੀ ਤਰ੍ਹਾਂ ਦੇ ਡਾਕਟਰ ਆਉਣਗੇ ਹਫ਼ਤੇ ਦੇ ਵਿੱਚ ਰੋਟੇਸ਼ਨ ਦੇ ਵਿੱਚ, ਜਾਂ ਕਿ ਗਾਇਨੀ ਦਾ ਜਾਂ ENT ਦਾ ਜਾਂ ਫਿਰ ਆਪਣੇ ਔਰਥੋ ਦੇ ਡਾਕਟਰ ਜਿਹੜੇ ਗੋਡੇ ਬਦਲਣ ਵਾਲੇ ਜੋੜਾਂ ਦੇ ਉਹ ਸਾਰੇ ਡਾਕਟਰ ਆਉਣਗੇ ਜੀ ਇੱਥੇ। ਅਤੇ ਜਿਹੜਾ ਮੈਡੀਕਲ ਸਟੋਰ ਆ ਤੁਹਾਡਾ, ਇਹ ਸਾਡਾ ਮੈਡੀਕਲ ਸਟੋਰ, ਇਹ ਅਸੀਂ ਇਹਦੇ 'ਤੇ 7% ਛੂਟ ਦਵਾਈਆਂ ਦੀ ਜਿਹੜੀ ਦਿੱਤੀ ਜਾ ਰਹੀ ਹੈ ਅਤੇ ਵਧੀਆ ਜਿਹੜੀਆਂ ਦਵਾਈਆਂ ਹੁੰਦੀਆਂ ਉਹੀ ਇੱਥੇ ਉਪਲਬਧ ਹੋਣਗੀਆਂ ਜੀ ਸਾਰੀਆਂ। ਇਹ 24 ਘੰਟੇ ਖੁੱਲੂਗਾ ਜੀ? ਹਾਂਜੀ, ਇਹ ਫਿਲਹਾਲ ਇਹਨੇ ਸਟਾਰਟਿੰਗ ਦੇ ਵਿੱਚ ਥੋੜ੍ਹਾ ਜਿਹਾ ਇਹਨੂੰ ਆਪਾਂ ਰੱਖਾਂਗੇ ਜੀ 12 ਘੰਟੇ ਦਾ ਟਾਈਮ, ਅਤੇ ਜਿੱਦਾਂ ਹੀ ਥੋੜ੍ਹਾ ਜਿਹਾ ਪ੍ਰੋਸੈਸ ਸਾਡਾ ਫਲੋ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ 24 ਘੰਟੇ ਕਰ ਦੇਵਾਂਗੇ। ਸਾਡੇ ਮਲੇਰਕੋਟਲੇ ਦੀ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮਲੇਰਕੋਟਲੇ ਦੀ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਕਿ ਮਲੇਰਕੋਟਲੇ ਦੇ ਵਿੱਚ ਇੱਕ ਸੁਪਰ ਸਪੈਸ਼ਲਿਟੀ ਹੋਸਪਿਟਲ ਨੇ ਆਪਣੀ OPD ਸੈਂਟਰ ਬਣਾਇਆ ਤਾਂ ਕਿ ਮਲੇਰਕੋਟਲੇ ਦੇ ਲੋਕਾਂ ਨੂੰ ਵਧੀਆ ਫੈਸਿਲਿਟੀ ਮਿਲ ਸਕੇ। ਜਿਨ੍ਹਾਂ ਨੂੰ ਮਲੇਰਕੋਟਲੇ ਤੋਂ ਕਦੀ ਪਟਿਆਲੇ ਜਾਣਾ ਪੈਂਦਾ ਜਾਂ ਲੁਧਿਆਣੇ ਜਾਣਾ ਪੈਂਦਾ, ਉਹਨਾਂ ਨੂੰ ਮਲੇਰਕੋਟਲੇ ਦੇ ਵਿੱਚ ਹੀ ਸਾਰੀ ਸਰਵਿਸ ਮਿਲੇਗੀ ਜੀ। ਅਤੇ ਗੈਸਟ੍ਰੋਐਂਟੋਲੋਜੀ ਦੇ ਵੀ ਡਾਕਟਰ ਆਉਣਗੇ ਸਾਡੇ ਸਾਰੇ ਹੀ ਡਿਪਾਰਟਮੈਂਟ ਜਿਹੜੇ ਇੱਥੇ। ਓਕੇ ਠੀਕ ਹੈ, ਥੈਂਕ ਯੂ ਸਰ, ਵਧੀਆ ਬੋਲ।